15 ਅਗਸਤ ਲਈ ਸੁਰੱਖਿਆ ਦੇ ਪ੍ਰਬੰਧਾਂ ਨੂੰ ਦੇਖਦੇ ਹੋਏ ਹਨੂਮਾਨ ਚੌਂਕ ਦੇ ਨੇੜੇ ਲਗਾਈ ਗਈ LMG ਲੈਸ ਬੁਲਟ ਪ੍ਰੂਫ ਗੱਡੀ। ਇਸ ਮੌਕੇ SI ਸਾਹਿਬ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਡੇ ਵੱਲੋਂ ਲੋਕਾਂ ਦੇ ਉੱਤੇ ਪੈਣੀ ਨਜ਼ਰ ਰੱਖੀ ਜਾ ਰਹੀ ਹੈ ਅਤੇ ਇਹ ਗੱਡੀ ਸ਼ਹਿਰ ਦੇ ਵਿੱਚ ਹੋਰ ਵੀ ਗੱਡੀਆਂ ਲਗਾਈਆਂ ਗਈਆਂ ਅਤੇ ਇਹ ਗੱਡੀ ਬਠਿੰਡਾ ਦੇ ਹਨੂਮਾਨ ਚੌਂਕ ਵਿਖੇ ਲਗਾਈ ਗਈ ਹੈ। ਇੱਥੇ ਨੇੜੇ ਖੇਡ ਸਟੇਡੀਅਮ ਹੈ ਅਤੇ ਤਾਂ ਜੋ ਇਸ ਤਰ੍ਹਾਂ ਦੀ ਕੋਈ ਅਣਸੁਖਾਵੀਂ ਘਟਨਾ ਨਾ ਹੋ ਜਾਵੇ ਸਾਡੇ ਵੱਲੋਂ ਲੋਕਾਂ ਦੇ ਉੱਤੇ ਪੈਣੀ ਨਜ਼ਰ ਰੱਖੀ ਜਾ ਰਹੀ ਹੈ ਅਤੇ ਇਹ ਬੁਲਟ ਪ੍ਰੂਫ ਗੱਡੀ ਹੈ ਅਤੇ LMG ਲੈਸ ਗੱਡੀ ਸੁਰੱਖਿਆ ਦੇ ਪ੍ਰਬੰਧਾਂ ਨੂੰ ਦੇਖਦੇ ਹੋਏ ਇੱਥੇ ਲਗਾਈ ਗਈ ਹੈ। ਤੁਸੀਂ ਦੇਖ ਰਹੇ ਹੋ ਤਸਵੀਰਾਂ ਬਠਿੰਡਾ ਦੇ ਹਨੂਮਾਨ ਚੌਂਕ ਦੀਆਂ ਜਿੱਥੇ ਗੱਡੀ ਬੁਲਟ ਪ੍ਰੂਫ ਗੱਡੀ LMG ਲੈਸ ਲਗਾਈ ਗਈ ਹੈ। ਮੇਰਾ ਨਾਮ SI ਸਾਹਿਬ ਸਿੰਘ ਹੈ ਜੀ। ਅਸੀਂ ਕੀ ਕਹਿਣਾ ਚਾਹੁੰਦੇ, ਜਿਹੜੀ ਗੱਡੀ ਲਾਈ ਹੈ ਕਿਹੜੀ ਗੱਡੀ ਹੈ ਅਤੇ ਕਿੰਨੀ ਟੀਮ ਹੁੰਦੀ ਹੈ? ਇਹ ਸਕਾਰਪੀਓ ਗੱਡੀ ਹੈ ਜੀ, ਇਹ ਬੁਲਟ ਪ੍ਰੂਫ ਗੱਡੀ ਹੁੰਦੀ ਹੈ। ਇਹਦੇ ਉੱਤੇ 1 LMG ਫਿੱਟ ਕੀਤੀ ਜਾਂਦੀ ਹੈ ਅਤੇ 15 ਅਗਸਤ ਨੂੰ ਮੱਦੇਨਜ਼ਰ ਰੱਖਦਿਆਂ ਇਹ ਗੱਡੀ ਲਾਈ ਗਈ ਹੈ। ਸੁਰੱਖਿਆ ਦਾ ਸੁਰੱਖਿਆ ਪ੍ਰਬੰਧ ਕੀਤੇ ਜਾਂਦੇ ਆ ਜੀ 15 ਅਗਸਤ ਦੇ ਸਾਹਮਣੇ। ਕਿਸ ਤਰ੍ਹਾਂ ਜਾਇਜ਼ਾ ਲਿਆ ਜਾਂਦਾ ਸਾਡੇ ਵੱਲੋਂ? ਤਾਂ ਆਉਣ ਜਾਣ ਵਾਲੇ ਜਿਹੜੇ ਲੋਕਾਂ ਦੀ ਭੀੜ ਆ ਉਹਦੇ 'ਤੇ ਨਜ਼ਰ ਰੱਖੀ ਜਾਂਦੀ ਹੈ, ਕਿਸ ਤਰ੍ਹਾਂ ਦਾ ਕੋਈ ਹਰਕਤ ਤਾਂ ਨਹੀਂ ਕਰ ਰਿਹਾ ਕੋਈ। ਜੇ ਤੁਸੀਂ ਚਾਹੁੰਦੇ ਹੋ ਕਿ ਹਰ ਤਰ੍ਹਾਂ ਦੀ ਖਬਰ ਤੁਹਾਡੇ ਤੱਕ ਪਹੁੰਚੇ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਘੰਟੀ ਨੂੰ ਆਲ 'ਤੇ ਕਰੋ।